ਨਮਸਕਾਰ ਤੇ ਸਤਿ ਸ੍ਰੀ ਅਕਾਲ ਵੀਰੋ। ਦੜਵਾ ਲਾਈਵ ਦੀਆਂ ਬਹੁਤ ਵੀਡੀਓ ਆ ਚੁੱਕੀਆਂ, ਤੁਹਾਨੂੰ ਤਾਂ ਪਤਾ ਹੀ ਹੈ ਦੜਵਾ ਲਾਈਵ ਬਹੁਤ ਜ਼ਬਰਦਸਤ ਹੋਇਆ। ਦੜਵਾ ਲਾਈਵ ਦਾ ਫੈਸਲਾ ਤਾਂ ਬਸ ਆ ਹੀ ਗਿਆ, ਪਰ ਅਸੀਂ ਆਪਣੇ ਸਰੋਤਿਆਂ ਦੇ ਮੂੰਹੋਂ ਸੁਣਨਾ ਚਾਹੁੰਦੇ ਹਾਂ ਦੜਵਾ ਲਾਈਵ 'ਚ ਕੌਣ ਜਿੱਤਿਆ ਹੋ ਸਕਦਾ ਹੈ। ਜਿਹਨੂੰ ਬੱਬੂ ਮਾਨ ਵਧੀਆ ਲੱਗਦਾ ਉਹ ਥੱਲੇ ਬੱਬੂ ਮਾਨ ਕਮੈਂਟ ਕਰੇ, ਅਤੇ ਜਿਹਨੂੰ ਸਿੱਧੂ ਮੂਸੇ ਵਾਲਾ ਜੱਟ ਉਹ ਸਿੱਧੂ ਮੂਸੇ ਵਾਲਾ ਜੱਟ ਕਮੈਂਟ ਕਰੇ। ਪਰ ਕਮੈਂਟ ਕਰਨ ਤੋਂ ਪਹਿਲਾਂ ਇਹ ਵੀ ਦੇਖ ਲਵੇ ਸਾਡੀਆਂ ਵੀਡੀਓ ਦੇ ਹਿਸਾਬ ਨਾਲ ਵੀ ਦੇਖ ਲਵੇ, ਅਤੇ ਦੜਵਾ ਲਾਈਵ ਵੀ ਦੇਖ ਲਵੇ ਤੁਹਾਡੇ ਹਿਸਾਬ ਨਾਲ ਸੱਚੀ 'ਚ ਕੌਣ ਬਣਿਆ ਜੀ ਦੜਵਾ ਲਾਈਵ ਦਾ ਵਿਜੇਤਾ, ਯਾਨੀ ਕਿ ਦੜਵਾ ਲਾਈਵ ਕਿੰਨੇ ਜਿੱਤਿਆ, ਬੱਬੂ ਮਾਨ ਕਿ ਮੂਸੇ ਵਾਲਾ ਜੱਟ। ਅੱਤ ਤਾਂ ਦੋਨਾਂ ਨੇ ਕਰਾਈ ਏ, ਅਤੇ ਖੜਕਾ ਦੜਕਾ ਦੋਨਾਂ ਨੇ ਕਰਾਇਆ, ਦੋਨਾਂ ਨੇ ਹੀ ਅੱਤ ਕਰਾਤੀ ਏ। ਦੜਵਾ ਲਾਈਵ ਨੇ ਰਿਕਾਰਡ ਤੋੜ ਦਿੱਤੇ ਨੇ, ਯਾਨੀ ਕਿ ਪੰਜਾਬ ਦੇ ਵਿੱਚੋਂ ਦੜਵਾ ਇੱਕ ਪਿੰਡ ਹੁਣ ਇੱਦਾਂ ਦਾ ਬਣ ਗਿਆ ਜਿੱਥੇ ਅੱਤ ਹੀ ਹੋ ਗਈ ਏ। ਹੁਣ ਕੀ ਕਹਿ ਸਕਦੇ ਆਪਾਂ ਯਾਰ, ਜ਼ਬਾਨ ਦੇ ਵਿੱਚ ਕੋਈ ਲਫ਼ਜ਼ ਹੀ ਨਹੀਂ ਆ ਰਿਹਾ। ਦਿੜਵੇ ਨੇ ਜੋ ਕਰ ਦਿੱਤਾ, ਅਤੇ ਦਿੜਵੇ ਦੇ ਵਿੱਚ ਜਿਹੜਾ ਲਾਈਵ ਸ਼ੋਅ ਆ ਕਬੱਡੀ ਦਾ, ਉਸ ਤੋਂ ਬਾਅਦ ਜਿਹੜਾ ਸਿੰਗਰਾਂ ਨੇ ਉੱਥੇ ਅੱਤ ਕਰਾਈ ਏ, ਉਹ ਤਾਂ ਕਾਬਿਲੇ ਤਾਰੀਫ ਹੈਗੀ ਏ। ਅਤੇ ਹੁਣ ਦਿੜਵਾ ਲਾਈਵ ਦਾ ਫੈਸਲਾ ਤੁਸੀਂ ਕਰਨਾ, ਅਤੇ ਤੁਸੀਂ ਕਰਕੇ ਰਹਿਣਾ, ਥੱਲੇ ਕਮੈਂਟ ਭਰੋ, ਤੁਹਾਨੂੰ ਪਤਾ ਲੱਗੇ, ਸਾਨੂੰ ਵੀ ਪਤਾ ਲੱਗੇ ਵੀ ਕਿਹੜਾ ਸਰੋਤਾ ਕਿਹਨੂੰ ਜ਼ਿਆਦਾ ਚਾਹੁੰਦਾ ਏ, ਮੂਸੇ ਵਾਲਾ ਜੱਟ ਥਾਪੀ ਮਾਰ ਕੇ ਕਿ ਬੱਬੂ ਮਾਨ ਜਿਹੜਾ ਕਹਿੰਦਾ ਵੀ ਨੀਂਦਰਾਂ ਤੱਕ ਨਹੀਂ ਆਉਂਦੀਆਂ ਲੋਕਾਂ ਨੂੰ ਜਦੋਂ ਬੱਬੂ ਮਾਨ ਜਿੱਥੇ ਖੜ੍ਹਾ ਹੋ ਜਾਵੇ। ਅਤੇ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਉ, ਅਤੇ ਸਬਸਕ੍ਰਾਈਬ ਕਰਕੇ ਚੈਨਲ ਪ੍ਰੈਸ ਬੈਲ ਬਟਨ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਮਿਲਾਂਗੇ ਨਵੀਂ ਵੀਡੀਓ, ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ।